ਪੀਐਨਓ ਮੀਡੀਆ ਗਰੁੱਪ ਤੇ ਅੱਜ ਇੱਕ ਖਾਸ ਖਬਰ ਲੈ ਕੇ ਤੁਹਾਡੇ ਨਾਲ ਜੁੜੇ। ਅੱਜ ਬਠਿੰਡੇ ਜ਼ਿਲ੍ਹੇ ਦੇ ਪਿੰਡ ਨਸਾਣਾ ਦੇ ਵਿੱਚ ਇੱਕ ਔਰਤ ਜਦੋਂ ਆਪਣੇ ਬੱਚੇ ਨੂੰ ਸਕੂਲ ਤੋਂ ਘਰ ਲੈ ਕੇ ਆ ਰਹੀ ਸੀ ਤਾਂ ਰਸਤੇ ਦੇ ਵਿੱਚ ਮੋਟਰਸਾਈਕਲ ਦੇ ਉੱਤੇ ਸਵਾਰ ਤਿੰਨ ਨੌਜਵਾਨਾਂ ਨੇ ਉਸ ਨੂੰ ਰੋਕ ਕੇ ਉਸ ਉੱਤੇ ਤੇਜ਼ਾਬ ਪਾ ਦਿੱਤਾ। ਇਹ ਗੱਲ ਉਸ ਔਰਤ ਨੇ ਦੱਸੀ ਹੈ। ਕਿਰਨਦੀਪ ਹੈ ਜੀ, ਮੇਰੇ ਘਰ ਵਾਲਾ ਨਾਮ ਜਸਪ੍ਰੀਤ ਹੈ ਜੀ। ਵੀ ਅਸੀਂ ਰਹਿਣਾ ਇੱਥੇ ਰਹਿਣ ਵਾਲੇ ਹਾਂ ਜੀ। ਸਾਨੂੰ ਬਹੁਤ ਤੰਗ ਕਰਦਾ ਜੀ ਉਹ ਬੰਦਾ। ਮੈਂ ਬੱਚੇ ਨੂੰ ਸਕੂਲ ਲੈ ਕੇ ਆਈ ਸੀ ਸਕੂਲੋਂ, ਬੈਕ ਸਾਈਡ ਬੰਦਾ ਪੁਲੀ ਤੋਂ ਹੈ ਜੀ ਸਾਡਾ। ਹਾਂਜੀ, ਉਹਦੇ ਤਿੰਨ ਬੰਦੇ ਇਕੱਲੇ ਸੀ, ਉਹਨੇ ਮੇਰੇ ਤੇਜ਼ਾਬ ਪਾਉਣ, ਮੈਂ ਬੱਚੇ ਨੂੰ ਲਈ ਆਉਂਦੀ ਸੀ। ਮੈਂ ਇਹਨਾਂ ਬੱਚੇ ਨੂੰ ਆਖਿਆ, ਮੈਂ ਕਿਹਾ ਸਾਈਡ 'ਤੇ ਹੋ ਜਾ, ਬੱਚਾ ਸਾਈਡ 'ਤੇ ਹੋ ਗਿਆ। ਮੈਂ ਪਿੱਛੇ ਝਾਕਣ ਲੱਗੀ, ਉਹ ਮੇਰੇ 'ਤੇ ਬੋਤਲ ਭਰੀ ਸੀ ਸੀ ਉੱਤੇ ਮੂੰਹ 'ਤੇ ਪਾਤੀ ਉਹਨੇ। ਹਾਲਾਂਕਿ ਉਹ ਤੇਜ਼ਾਬ ਹੈ ਜਾਂ ਨਹੀਂ ਇਹਦੀ ਪੁਸ਼ਟੀ ਹੋਣੀ ਬਾਕੀ ਹੈ, ਕਿਉਂਕਿ ਜੇਕਰ ਉਹ ਤੇਜ਼ਾਬ ਹੁੰਦਾ ਤਾਂ ਉਸ ਔਰਤ ਦਾ ਸਰੀਰ ਸੜ ਜਾਣਾ ਸੀ। ਮਾਹਰ ਮੰਨਦੇ ਆ ਕਿ ਤੇਜ਼ਾਬ ਤਿੰਨ ਤਰ੍ਹਾਂ ਦਾ ਹੁੰਦਾ। ਇੱਕ ਐਸਿਡ ਐਸਾ ਵੀ ਹੁੰਦਾ ਜਿਹੜਾ ਡੇਰੀਆਂ ਵਗੈਰਾ ਦੇ ਵਿੱਚ ਬਰਤਨ ਸਾਫ਼ ਕਰਨ ਦੇ ਵਾਸਤੇ ਵਰਤਿਆ ਜਾਂਦਾ, ਅਤੇ ਉਹ ਚਮੜੀ ਦੇ ਵਾਸਤੇ ਉਨਾ ਨੁਕਸਾਨਦਾਇਕ ਨਹੀਂ ਹੁੰਦਾ ਜਿੰਨਾ ਦੂਸਰਾ ਤੇਜ਼ਾਬ ਹੁੰਦਾ ਹੈ। ਪੀੜਤ ਔਰਤ ਦੀ ਬੇਟੀ ਨੇ ਮੀਡੀਆ ਨੂੰ ਦੱਸਿਆ। ਮੇਰਾ ਨਾਮ ਨਵਪ੍ਰੀਤ ਕੌਰ ਹੈ। ਮੇਰੇ ਮੰਮਾ ਨਾ ਮਤਲਬ ਮੇਰੇ ਬ੍ਰਦਰ ਨੂੰ ਵੀ ਸਕੂਲੋਂ ਲੈਣ ਗਏ ਸੀਗੇ, ਜਦੋਂ ਸਕੂਲੋਂ ਲੈ ਕੇ ਆ ਰਹੇ ਸੀਗੇ ਨਾ, ਬਾਈਕ ਬਹੁਤ ਜ਼ਿਆਦਾ ਤੇਜ਼ ਆ ਰਹੀ ਸੀਗੀ ਅਤੇ ਉਹ ਬੰਦਿਆਂ ਦੇ ਮੂੰਹ ਲਪੇਟੇ ਹੋਏ ਸੀਗੇ, ਅਤੇ ਮੇਰੀ ਮੰਮਾ ਨੇ ਬੱਚੇ ਨੂੰ ਸਾਈਡ 'ਤੇ ਕੀਤਾ। ਬੱਚਾ ਥੋੜ੍ਹਾ ਜਿਹਾ ਮਤਲਬ ਮੇਰਾ ਛੋਟਾ ਭਰਾ ਪਹਿਲਾਂ ਕਹਿੰਦਾ ਮੈਂ ਜਾਊਂਗਾ, ਉਹ ਚਲਾ ਗਿਆ। ਜਦੋਂ ਚਲਾ ਗਿਆ ਉਹਨਾਂ ਨੇ ਕੀ ਕੀਤਾ ਨਾ, ਜਦੋਂ ਮੰਮਾ ਨੇ ਪਿੱਛੇ ਮੁੜ ਕੇ ਦੇਖਿਆ ਨਾ, ਅਤੇ ਉਹਨਾਂ ਨੇ ਤੇਜ਼ਾਬ ਪਾਤਾ, ਵੀ ਆਹ ਚੀਜ਼ ਸਾਰੀ ਮਤਲਬ ਜਲਨ ਕਰਨ ਲੱਗ ਗਈ ਉਹਨਾਂ ਦੀ। ਉਸ ਤੋਂ ਬਾਅਦ ਵੀ ਜਿਹੜੇ ਉਹ ਬੰਦੇ ਹੈਗੇ ਕਿ ਪੂਲੀ ਦੇ, ਉਹਨਾਂ ਨੂੰ ਪਲੀਜ਼ ਸਜ਼ਾ ਚਾਹੀਦੀ ਹੈਗੀ। ਉਹ ਮਤਲਬ ਉਹਨਾਂ ਨੇ ਸਾਰੀ ਮਤਲਬ ਗੱਲ ਦੱਸੀ ਹੈ ਨਾ, ਵੀ ਉਹ ਬੰਦਾ ਪੂਲੀ ਦਾ, ਪ੍ਰੀਤ ਕਹਿੰਦੇ ਆ ਉਹਨੂੰ। ਮੂੰਹ ਲਪੇਟੇ ਹੋਏ ਸੀਗੇ ਉਹਨਾਂ ਦੇ, ਮਤਲਬ ਇੱਕ ਦਾ ਫੇਸ ਖੁੱਲ੍ਹਾ ਸੀਗਾ, ਦੋਨਾਂ ਦੇ ਮੂੰਹ ਲਪੇਟੇ ਹੋਏ ਸੀ। ਪਿੱਛੇ ਜਿਹੜਾ ਬੰਦਾ ਬੈਠਾ ਸੀਗਾ ਉਹ ਥੋੜ੍ਹਾ ਜਿਹਾ ਹੈਵੀ ਸੀਗਾ, ਵਾਈਟ ਕੁੜਤਾ ਪਜਾਮਾ ਪਾਇਆ ਹੋਇਆ ਸੀਗਾ। ਉਹਨਾਂ ਨੇ ਤੇਜ਼ਾਬ ਕਿਉਂ ਪਾਇਆ ਹੋ ਸਕਦਾ? ਮਤਲਬ ਇਹਨਾਂ ਦੀ ਗੱਲਬਾਤ ਮਤਲਬ ਹੋਣੀ ਹੈ ਜੀ। ਕਿਸ ਤਰ੍ਹਾਂ ਦੀ? ਵੀ ਮਤਲਬ ਜਿਵੇਂ ਆਪਾਂ ਹੁਣ ਕਹਿ ਦਈਏ ਗੁਆਂਢ 'ਚ ਜਿਵੇਂ ਬੰਦਾ ਬੋਰ ਵਗੈਰਾ ਕਰਨ ਆ ਜਾਂਦਾ ਹੈਗਾ, ਉਹ ਚੀਜ਼ ਕਰਨ ਆ ਜਾਂਦੇ ਹੌਲੀ ਹੌਲੀ, ਮਤਲਬ ਗੱਲ ਵਗੈਰਾ ਜਿਵੇਂ ਆਪਾਂ ਪਾਣੀ ਵਗੈਰਾ ਦੇ ਦਿੰਦੇ ਹਾਂ, ਇਹ ਚੀਜ਼ ਉਹਨਾਂ ਨਾਲ ਮਤਲਬ ਗੱਲਬਾਤ ਕਰਨ ਲੱਗ ਗਏ ਜਦੋਂ ਸਾਰਾ ਕੁਛ ਹੋ ਗਿਆ। ਅਤੇ ਉਸ ਤੋਂ ਬਾਅਦ ਉਹਨਾਂ ਨੇ ਨਾ ਕਹਿੰਦਾ ਵੀ ਮੈਂ ਗੱਲ ਕਰਨੀ ਆ, ਉਹਨੂੰ ਧੱਕੇ ਨਾਲ ਪਹਿਲਾਂ ਫੋਨ ਫੜਾ ਗਿਆ, ਫਿਰ ਕਹਿੰਦਾ ਮੈਂ ਗੱਲ ਕਰਨੀ ਆ, ਇਹ ਚੀਜ਼ ਉਹਨਾਂ ਨੇ ਕਰਤੀ। ਉਸ ਤੋਂ ਬਾਅਦ ਕਹਿੰਦਾ ਧੱਕੇ ਨਾਲ, ਕਹਿੰਦਾ ਬਾਅਦ 'ਚ ਉਹ ਧਮਕੀਆਂ ਦੇਣ ਲੱਗ ਗਏ, ਕਹਿੰਦਾ ਮੈਂ ਤੇਰੇ ਡੈਡੀ ਨੂੰ ਕੁੱਟੂੰਗਾ, ਲੱਤਾਂ ਤੋੜੂੰਗਾ, ਤੁਹਾਨੂੰ ਮੈਂ ਅਤੇ ਤੁਹਾਡੇ 'ਤੇ ਮੈਂ ਤੇਜ਼ਾਬ ਪਾਊਂਗਾ, ਇਹ ਚੀਜ਼ ਕੀਤੀ ਹੈ ਜੀ ਉਹਨਾਂ ਨੇ। ਹੁਣ ਕਾਰਵਾਈ ਕੀ ਹੋਈ ਆ? ਹੁਣ ਕਾਰਵਾਈ ਬਸ ਮਤਲਬ ਸਟੇਟਮੈਂਟ ਲੈ ਰਹੇ ਆ ਜੀ। ਨਾਲ ਉਹ ਇਹ ਵੀ ਦੱਸਦੀ ਹੈ ਕਿ ਪ੍ਰੀਤ ਨਾਂ ਦਾ ਉਹ ਵਿਅਕਤੀ ਮੇਰੀ ਮਾਤਾ ਨੂੰ ਜਬਰੀ ਸੰਬੰਧ ਬਣਾਉਣ ਦੇ ਵਾਸਤੇ ਮਜਬੂਰ ਕਰਦਾ ਸੀ। ਅੱਜ ਜੋ ਘਟਨਾਕ੍ਰਮ ਵਾਪਰਿਆ, ਬੇਸ਼ੱਕ ਤਿੰਨੇ ਨੌਜਵਾਨਾਂ ਦੇ ਚਿਹਰੇ ਲਪੇਟੇ ਹੋਏ ਸੀ, ਮੂੰਹ ਢੱਕੇ ਹੋਏ ਸੀ, ਪਰ ਪੀੜਤ ਔਰਤ ਦਾ ਦੋਸ਼ ਹੈ ਕਿ ਇਹ ਉਹੀ ਨੌਜਵਾਨ ਸੀ ਜਾਂ ਇਹਨਾਂ ਦੇ ਵਿੱਚ ਸ਼ਾਮਲ ਇੱਕ ਨੌਜਵਾਨ ਉਹ ਸੀ। ਜਦੋਂ ਇਸ ਬਾਬਤ ਅਸੀਂ ਪੁਲਿਸ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਨੇ ਦੱਸਿਆ ਕਿ ਮਾਮਲੇ ਦੀ ਹਲੇ ਤਫਤੀਸ਼ ਚੱਲ ਰਹੀ ਹੈ। ਪੁਲਿਸ ਦੇ ਸੀਨੀਅਰ ਅਧਿਕਾਰੀ ਨਥਾਣਾ ਥਾਣਾ ਦੇ ਵਿੱਚ ਪਹੁੰਚੇ ਹੋਏ ਨੇ ਤੇ ਉਹ ਇਸ ਘਟਨਾਕ੍ਰਮ ਦੀ ਬਰੀਕੀ ਦੇ ਨਾਲ ਜਾਂਚ ਕਰ ਰਿਹਾ। ਪਰ ਸਾਰੀਆਂ ਗੱਲਾਂ ਤੋਂ ਹਟ ਕੇ ਜੇ ਇਹ ਦੇਖਿਆ ਜਾਵੇ ਕਿ ਕੀ ਇਹ ਇੱਕ ਤਰਫਾ ਪਿਆਰ ਹੈ ਜਾਂ ਫਿਰ ਇਹ ਘਟਨਾ ਨੂੰ ਅੰਜਾਮ ਦੇਣਾ ਕਿੰਨਾ ਕੁ ਵਾਜਬ ਹੈ, ਜੇ ਇਹ ਸੱਚੀ ਉਹ ਤੇਜ਼ਾਬ ਹੁੰਦਾ ਜਿਹਦੇ ਨਾਲ ਜਾਨਾਂ ਚਲੀਆਂ ਜਾਂਦੀਆਂ ਤਾਂ ਨੁਕਸਾਨ ਕਿੰਨੀਆਂ ਧਿਰਾਂ ਦਾ ਹੋ ਜਾਣਾ ਸੀ। ਬੇਸ਼ੱਕ ਹੁਣ ਪੀੜਤ ਔਰਤ ਕਿਰਨਦੀਪ ਦੀ ਜਾਨ ਬਚ ਗਈ ਹੈ, ਉਹਦਾ ਕੋਈ ਜਾਨੀ ਜਾਂ ਸਰੀਰਕ ਰੂਪ ਦੇ ਵਿੱਚ ਨੁਕਸਾਨ ਨਹੀਂ ਹੋਇਆ, ਪਰ ਜੇ ਹਮਲਾਵਰਾਂ ਦੇ ਮਨਸੂਬੇ ਉਸ ਦੇ ਉੱਤੇ ਇਹੋ ਜਿਹਾ ਅਟੈਕ ਕਰਨ ਦੇ ਸੀ ਤਾਂ ਸੋਚਿਆ ਜਾ ਸਕਦਾ ਕਿ ਇਸ਼ਕ ਕਿਹੋ ਜਿਹੇ ਰੰਗ ਲਿਆ ਰਿਹਾ, ਔਰ ਇਹ ਰੰਗ ਇਸ਼ਕ ਦਾ ਇੱਕ ਪਾਸੜ ਪੱਖ ਲਿਆ ਰਿਹਾ, ਕਿਉਂਕਿ ਪੀੜਤ ਔਰਤ ਵਾਰ ਵਾਰ ਇੱਕੋ ਗੱਲ ਕਹਿੰਦੀ ਹੈ ਕਿ ਮੈਂ ਸ਼ਾਦੀਸ਼ੁਦਾ ਅਤੇ ਉਹ ਮੈਨੂੰ
ਆਪਣੇ ਨਾਲ ਰੱਖਣ ਦੇ ਵਾਸਤੇ ਜਾਂ ਰਹਿਣ ਦੇ ਵਾਸਤੇ ਉਹ ਵਿਅਕਤੀ ਮਜਬੂਰ ਕਰਦਾ ਸੀ।